ਜਾ ਰਹੇ ਘੁੰਮਣ ਪਟਿਆਲੇ ਤੇ ਰਿਸ਼ੂ ਵੀ ਆਈ ਸੀ। ਬੜੀ ਚਹਿਲ ਪਹਿਲ ਹੈ, ਲੋਕ ਨਾਭੇ ਨੂੰ ਜਾ ਰਹੇ ਨੇ, ਸਮੋਸੇ ਲੈ ਰਹੇ ਇੱਥੋਂ। ਹਾਂਜੀ, ਲੈਪਟਾਪ ਬੈਗ ਲੈ ਲਿਆ ਮੈਂ। ਘੁੰਮਣ ਪਟਿਆਲੇ ਤੇ ਰਿਸ਼ੂ ਵੀ ਆਈ ਛੁੱਟੀਆਂ ਚ। ਰਿਸ਼ੂ ਪਿੱਛੇ ਬੈਠੀ ਆ। ਰਿਸ਼ੂ ਹੈਲੋ। ਤੇ ਅੱਜ ਅਸੀਂ ਨਾਲੇ ਰਿਸ਼ੂ ਨੂੰ ਛੱਡ ਕੇ ਆਵਾਂਗੇ, ਨਾਲੇ ਘੁੰਮਾਂਗੇ ਫਿਰਾਂਗੇ, ਨਾਲ ਤੁਹਾਨੂੰ ਵੀ ਘੁਮਾਉਣੇ ਆ ਤੇ ਬਾਕੀ ਰਿਸ਼ੂ ਕਰੂ ਗੱਲ ਤੁਹਾਡੇ ਨਾਲ। ਬਸ ਹੁਣ ਝਹਿਲ ਪਹੁੰਚ ਗਏ ਅਸੀਂ, ਸਾਨੂੰ ਪੈਟਰੋਲ ਪਾਉਣਾ ਹੈ ਗੱਡੀ 'ਚ। ਤੁਹਾਨੂੰ ਮੈਂ ਦਿਖਾਉਂਦਾ ਝਹਿਲ ਲੱਗ ਗਈ। ਬੜੀ ਚਹਿਲ ਪਹਿਲ ਹੈ, ਲੋਕ ਨਾਭੇ ਨੂੰ ਜਾ ਰਹੇ ਨੇ, ਕੋਈ ਪਟਿਆਲੇ ਨੂੰ ਬੜਾ। ਤੇ ਆਹ ਭਾਸ਼ਣ ਦਾ ਨਵਾਂ ਬੱਸ ਸਟੈਂਡ ਬਣ ਰਿਹਾ, ਦੇਖ ਲਓ। ਆ ਰਿਹਾ ਸਾਈਡ ਤੋਂ ਸਵਾਰੀਆਂ ਖੜੀਆਂ ਨੇ ਘਰ, ਬਸ ਪਟਿਆਲੇ ਦੇ ਰਾਹ ਪੈ ਗਏ। ਅਸੀਂ ਦਿੱਤੂਪੁਰ ਪਹੁੰਚ ਗਏ, ਪਟਿਆਲੇ ਦੇ ਰਾਹ 'ਚ ਆ ਗਏ। ਹੈ ਰਿਸ਼ੂ, ਅਸੀਂ ਥਾਪਰ ਕੋਲ ਪਹੁੰਚ ਗਏ ਹੁਣ। ਇਹਨੂੰ ਲੈਫਟ ਸਾਈਡ ਲੈਣਾ ਬੱਸ ਸਟੈਂਡ ਤਰਫ। ਕੋਸ਼ਿਸ਼ ਕਰਾਂਗੇ, ਤੁਹਾਨੂੰ ਸਾਈ ਜੇ ਟਾਈਮ ਲੱਗਿਆ ਤੇ ਫਿਰ ਨੈਕਸਟ ਟਾਈਮ ਨੈਕਸਟ ਵੀ ਦਿਖਾਵਾਂਗੇ। ਤਾਂ ਮੈਂ ਕਿਆ ਬੋਲ ਰਹੇ ਸੀ, ਆਪ ਪਾਣੀ ਪੀ ਰਹੇ ਹੋ? ਹੈਲੋ, ਬੋਲ ਦੋ, ਠੀਕ ਹੋ ਆਪ? ਹੁਣ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਲਈ ਪਹੁੰਚ ਗਏ, ਮੈਂ ਦਿਖਾਉਂਦਾ ਹਾਂ। ਇਹ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਅਤੇ ਜਿੱਧਰ ਉਹਨਾਂ ਨੇ ਜਾਣ ਨੂੰ ਬਣਾਤਾ ਉੱਪਰ ਦੀ ਸਾਈਡ ਤੋਂ, ਗੁਰਦੁਆਰੇ ਸਿੱਧਾ ਐਂਟਰ ਕਰਨਾ ਆਪਾਂ। ਰੈਡ ਲਾਈਟ ਹੋਈ ਹੈ, ਬ੍ਰਿਜ ਬਣਾਇਆ ਹੋਇਆ ਉਹਨਾਂ ਨੇ। ਬ੍ਰਿਜ ਨੂੰ ਜ਼ਿਆਦਾ ਪਤਾ ਵੀ ਇੱਥੇ ਰਹਿੰਦੀ ਹੈ, ਅਸੀਂ ਵੀ ਆਉਂਦੇ ਰਹਿੰਦੇ ਹਾਂ, ਟ੍ਰੈਫਿਕ 'ਚ ਖੜੇ ਹੋਣਾ। ਅਤੇ ਅਸੀਂ ਖਾਣ ਲਈ ਸਮੋਸੇ ਲਵਾਂਗੇ ਰਿਸ਼ੂ ਆਪਾਂ ਇੱਥੋਂ ਨਾ, ਅਤੇ ਜਾ ਕੇ ਚਾਹ ਪੀਵਾਂਗੇ। ਮੈਂ ਅਸਤਾ ਚਾਹ ਪੀ ਕੇ ਨਹੀਂ ਆਏ, ਮੈਂ ਕਿਹਾ ਵੀ ਦੀਦੀ ਲਵੇ ਜਾ ਕੇ ਪੀਵਾਂਗੇ ਚਾਹ ਰਿਸ਼ੂ ਦੇ ਘਰੇ। ਰਿਸ਼ੂ ਕਹਿੰਦੀ ਮੈਂ ਸਮੋਸਾ ਨਹੀਂ ਖਾਣਾ, ਕੰਨਿਆ ਰਸ ਗੁਲਾ ਦਾ। ਸੌਮਿਆ ਪਤਾ ਨਹੀਂ ਕਿਆ ਕਰੀ ਜਾ ਰਹੀ ਹੈ। ਸੌਮਿਆ ਕਿਆ ਕਰ ਰਿਹਾ? ਸਮੋਸੇ ਲੈ ਰਹੇ ਇੱਥੋਂ। ਸਾਡੇ ਸਮੋਸੇ ਆ ਗਏ ਗਰਮ ਗਰਮ, ਤੇ ਰਿਸ਼ੂ ਪਿੱਛੇ ਬੈਠੀ ਚਾਹ ਪਾਉਂਗੀ। ਠੀਕ ਹੈ ਠੀਕ ਹੈ, ਚਾਹ ਵਗੈਰਾ ਪੀ ਲਈ, ਸਮੋਸੇ ਖਾ ਲਏ। ਜੀ ਪਹਿਲਾਂ ਵੀ ਗਏ ਸੀ, ਅੱਜ ਮੈਂ ਘੁੰਮਾਇਆ ਸੀ, ਜਾ ਕੇ ਕੁਛ ਸ਼ੋਪਿੰਗ ਕਰਨੀ ਸੀ, ਤੇ ਮੈਨੇ ਲੈਪਟਾਪ ਵਗੈਰਾ ਦੇਖਣਾ ਸੀ, ਮੈਨੇ ਲੈਪਟਾਪ ਬੈਗ ਦੇਖਣਾ ਸੀ। ਚਲੋ ਅਸੀਂ ਡੀਮਾਰਟ ਪਹੁੰਚ ਗਏ ਸੌਮਿਆ ਆਪਾਂ, ਡੀਮਾਰਟ ਪਹੁੰਚ ਗਏ ਜੀ, ਡੀਮਾਰਟ ਪਹੁੰਚ ਗਏ ਸਰਹੰਦ ਰੋਡ ਤੇ ਡੀਮਾਰਟ। ਹਾਂਜੀ ਗਾਇਸ, ਅਸੀਂ ਡੀਮਾਰਟ ਪਹੁੰਚ ਗਏ, ਤੇ ਆ ਰਹੀ ਰਿਸ਼ੂ, ਅਸੀਂ ਦੁਬਾਰਾ ਘੁੰਮਣ ਆਈ ਜਾਂਦੇ ਇੱਥੇ, ਕੁਛ ਲੈਣਾ ਸੀ, ਸਮਾਨ ਲੈਣਾ ਸੀ ਨਾ, ਪਹਿਲਾਂ ਵੀ ਵੀਡੀਓ ਆ ਗਈ ਸਾਡੀ, ਇਸ ਵਾਰ ਦੇਖਦੇ ਹਾਂ। ਤੇ ਆ ਸਾਡੀ ਸੌਮਿਆ, ਸੌਮਿਆ ਹੈਲੋ, ਬਹੁਤ ਸੋਹਣੀ ਹੈ ਡੀਮਾਰਟ, ਤੇ ਅੰਡਰਗਰਾਉਂਡ ਪਾਰਕਿੰਗ ਵੀ ਉਹਦੇ। ਆਪਾਂ ਅੰਦਰ ਚੱਲਦੇ ਹਾਂ, ਰਿਸ਼ੂ ਪਹਿਲਾਂ ਲੈ ਗਏ ਅੰਦਰ, ਕਰ ਰਹੀ ਹੋ ਵਿੱਚ ਨਹੀਂ ਮਾਰਨੀ, ਧਿਆਨ ਰੱਖਣਾ, ਸਭ ਤੋਂ ਧਿਆਨ ਰੱਖਣਾ। ਭੀੜ ਬਹੁਤ ਹੋ ਰਹੀ, ਅਤੇ ਲੈਪਟਾਪ ਬੈਗ ਦੇਖ ਰਿਹਾ ਮੈਂ ਹੁਣ, ਪਿੱਛੇ ਪਏ ਨੇ ਕਾਫੀ ਨੇ, ਚੂਜ਼ ਕਰਕੇ ਦੇਖਦੇ ਆਪਾਂ ਕਿਹੜਾ ਲੈਣਾ। ਹਾਂਜੀ, ਲੈਪਟਾਪ ਬੈਗ ਲੈ ਲਿਆ ਮੈਂ, ਜਿਹੜਾ ਨਾਲ ਆਉਂਦਾ ਉਹਦੀ ਕੁਆਲਿਟੀ ਵਧੀਆ ਨਹੀਂ ਹੁੰਦੀ ਲੈਪਟਾਪ ਬੈਗ, ਬਹੁਤ ਭੀੜ ਹੋ ਰਹੀ ਅੱਜ। ਸਮਾਨ ਹੀ ਬਹੁਤ ਹੋ ਰਿਹਾ, ਬੰਦਾ ਦੇਖਦਾ ਦੇਖਦਾ ਫਿਰ ਬਹੁਤ ਸਮਾਨ ਹੈ, ਘਰੇਲੂ ਸਮਾਨ ਹੈ ਸਾਰਾ, ਸਮਾਨ ਲੈ ਲਿਆ ਨੀਚੇ ਟਰਾਲੀ 'ਚ, ਅਤੇ ਹੁਣ ਬਸ ਘਰੇ ਜਾ ਰਹੇ ਹਾਂ। ਘਰੇ ਪਹੁੰਚ ਗਏ ਸੀ ਡੀਮਾਰਟ ਤੋਂ, ਉਸ ਡਿਨਰ ਕਰਨ ਲੱਗਿਆ, ਸੌਮਿਆ ਖਾਣਾ ਖਾ ਲਿਆ, ਖਾ ਰਿਹਾ ਉਮਰ ਰਾਤ ਕੋ ਆਈਸਕ੍ਰੀਮ ਖਾਤੇ ਖਾਤੇ ਅੱਛੀ ਆਈਸਕ੍ਰੀਮ, ਮੌਸਾ ਜੀ ਲੱਗ ਗਈ, ਥੈਂਕ ਯੂ ਬੋਲੋ ਮੌਸਾ ਜੀ ਕੋ, ਮੌਸਾ ਜੀ ਥੈਂਕ ਯੂ ਆਈਸਕ੍ਰੀਮ ਕੇ ਲਈ। ਅੱਛੀ ਲੱਗ ਰਹੀ ਹੈ ਆਪਕੋ? ਚਲੋ ਫਿਰ ਖਾਓ।
ਖਾਲੀ ਕਰ ਡੱਬੀ ਇਹ ਨੈਕਸਟ ਡੇ ਹੈ ਦੀਦੀ ਨਾਲ ਆਇਆ ਸੀ ਪਲਾਂਟਸ ਲੈਣ ਲਈ ਪਿੱਛੇ ਨਰਸਰੀ ਹੈ ਤੇ ਪਲਾਂਟਸ ਲੈ ਰਹੇ ਇੱਥੇ ਘਰ ਲਈ ਚਲੋ ਆਪਾਂ ਦੇਖਦੇ ਹਾਂ ਪਲਾਂਟਸ ਇਹ ਨਰਸਰੀ ਹੈ ਜਿਹੜਾ ਸਰਹੰਦ ਰੋਡ ਕੰਨੀ ਰਸਤਾ ਜਾ ਰਿਹਾ ਪਟਿਆਲੇ ਤੋਂ ਬੱਸ ਸਟੈਂਡ ਤੋਂ ਉਹ ਰਸਤਾ ਹੈ ਉੱਥੇ ਨਰਸਰੀ ਹੈ ਆਹ ਨਰਸਰੀ ਹੈ ਦੇਖੋ ਉਹ ਖੜੀ ਹੈ ਸੌਮਿਆ ਸੌਮਿਆ ਗਿਰ ਗਈ ਮੈਨੂੰ ਲੱਗਦਾ ਸੌਮਿਆ ਲਿਪੜ ਗਈ ਮਜ਼ਾ ਆ ਗਿਆ ਸੌਮਿਆ ਗਿਰ ਗਈ ਨੀਚੇ ਸਾਫ ਕਰ ਦਿਆ ਮਜ਼ਾ ਆਇਆ ਆਨੇ ਕਾ ਘੁੰਮਣੇ ਕਾ ਮਜ਼ਾ ਆ ਰਿਹਾ नर्सरी बहुत वधिया काफी प्लांट ने इत्थे जे प्लांट ले लिए फिर कहां पड़े हैं या हम दिखाऊं तुझको आज ये दोपहर खिड़ी है ये विद्या पढ़ाई है ये रिका पाम लिया और ये तुलसी माता की ये पदीना पड़ा हाँ जी गाइस ब्रेकफास्ट आ गया नहा धो के रेडी हो गए ग्लो जान ली घर चलते हैं बस पे शॉप ओपन करा तो सामने रिशु बैठी है ब्रेकफास्ट कर ली है ਅਤੇ ਮੈਂ ਤੁਹਾਨੂੰ ਦਿਖਾਉਂਦਾ ਬ੍ਰੇਕਫਾਸਟ ਕੀ ਬਣਿਆ ਅੱਜ ਮੈਂ ਛੋਲੇ ਪੂਰੀ ਨਾਲ ਦਹੀਂ ਅਤੇ ਮੇਰਾ ਠੰਡਾ ਪਾਣੀ ਪਿਆ ਅਤੇ ਸਾਹਮਣੇ ਬੈਠੀ ਹੈ ਰਿਸ਼ੂ ਵਧੀਆ ਬਣੇ ਛੋਲੇ ਪੂਰੀ ਅਤੇ ਹਾਂਜੀ ਅਸੀਂ ਮਲੋਜ ਆ ਰਹੇ ਸੀ ਅਤੇ ਰਿਸ਼ੂ ਨੂੰ ਬਾਏ ਕਰਦੇ ਹਾਂ ਰਿਸ਼ੂ ਬਾਏ ਫਿਰ ਮਿਲਦੇ ਆਪਾਂ ਨਵੀਂ ਵੀਡੀਓ ਠੀਕ ਹੈ ਸੌਮਿਆਂ ਨੂੰ ਕੱਟਣਾ ਸੌਮਿਆਂ ਸਿੱਧੇ ਨਾਲੇ ਜਾਏਗਾ ਤੁਸੀਂ ਪਲਾਂਟਸ ਦਿਖਾਉਂਦੇ ਹੁਣ ਅਸੀਂ ਕਿੱਥੇ ਰਿਸ਼ੂ ਪੁਦੀਨਾ ਬਹੁਤ ਸਮੇਂ ਮਿਲਦੇ ਹੋਏ ਬਾਏ ਕਰਦੇ ਇੱਕ ਦੂਜੇ ਨੂੰ ਬਾਏ ਕਰ ਦੋ इधर घर जा रहे हो पटियाले से घर जा रहे हो मासी घर बढ़िया लगा आपको बोलो फिर मौसा जी ने आइसक्रीम खिलाई घूम के आए है ना अच्छा करा शॉपिंग बढ़िया करी है हमने बॉल भी खरीदी है आपके लिए पिंक वाली पटियाले खड़े से जी लाइटा में पुराने बस स्टैंड के सामने खड़े हैं लाइटा से भीड़ बहुत हो रही ਭੀੜ ਤਾਂ ਘਟੀ ਹੈ ਥੋੜ੍ਹੀ ਜਿਹੀ ਘਟੀ ਉੱਧਰ ਬੱਸਾਂ ਉੱਧਰ ਜਾਣ ਲੱਗ ਗਏ ਨਵੇਂ ਬੱਸ ਸਟੈਂਡ ਤੇ ਗੰਨੇ ਦਾ ਰਸ ਪੀ ਰਿਹਾ ਉਰੇ ਜੇਲ ਵਾਲੀ ਚੁੰਗੀ ਦੇ ਨਾਲ ਆਹ ਗੱਡੀ ਖੜੀ ਆ ਆਪਣੀ ਆਹ ਬੈਠੀ ਆ ਸੌਮਿਆ ਇਹ ਸੌਮਿਆ ਕਹਿੰਦੀ ਗੰਨੇ ਦਾ ਰਸ ਪੀਣਾ ਪੀਣਾ ਗੰਨੇ ਦਾ ਰਸ ਪੀਣਾ ਠੀਕ ਗੰਨੇ ਦਾ ਰਸ ਆ ਗਿਆ ਸਾਡਾ ਬਹੁਤ ਟੇਸਟੀ ਆ ਗੰਨੇ ਦਾ ਰਸ ਬਹੁਤ ਵਧੀਆ ਹੁੰਦਾ ਹੈਲਦੀ ਹੁੰਦਾ ਕਾਫੀ ਇਹ